ਸਰ ਉਮੀਦ ਕਰੇ ਨਾ ਤੁਸੀਂ ਸਭ ਠੀਕ ਠਾਕ ਹੋ ਸੋ ਖੈਰੀਅਤ ਨਾਲ ਹੋ ਸੋ ਅੱਜ ਅਸਾਂ ਦਰਿਆ ਸਤਲੁਜ ਤੇ ਆਏ ਸੇ ਤੇ ਤੁਹਾਨੂੰ ਦਰਿਆ ਸਤਲੁਜ ਦਾ ਵਿਊ ਕਰਵਾਉਂਦੇ ਸੇ ਇਹ ਯੂਸਫ ਅਲਾ ਜਿਹੜਾ ਕਿ ਝਾਂਗੀ ਵਾਲਾ ਤੋਂ ਤਕਰੀਬਨ 3 ਕਿਲੋਮੀਟਰ ਦੂਰ ਹੈ ਤੇ ਅਸਾਂ ਕੋਈ ਲੋਕ ਹੈ ਨਹੀਂ ਤਾਂ ਇਹਨਾਂ ਨਾਲ ਮੁਲਾਕਾਤ ਕਰੇ ਸੋ ਤੇ ਇਹਨਾਂ ਕੋਲੋਂ ਪੁੱਛ ਸੋ ਕੀ ਸੂਰਤ ਹਾਲ ਹੈ ਕਿੰਨੇ ਨੁਕਸਾਨ ਥੇ ਚੁਕੇ ਹਨ ਅਗੂ ਮਜ਼ੀਦ ਕੀ ਅਲਰਟ ਜਾਰੀ ਕੀਤਾ ਗਿਆ ਹੈ ਕਿੰਨੇ ਨੁਕਸਾਨ ਥੇ ਬਣੇ ਹਨ ਤੇ ਇਹ ਸਾਰੀ ਸੂਰਤ ਹਾਲ ਆਪਾਂ ਇਹਨਾਂ ਕੋਲੋਂ ਪੁੱਛ ਸੋ ਇਹ ਥਾਂ ਦੇ ਮਕਾਮੀ ਲੋਕ ਹਨ ਤੇ ਆਪਾਂ ਕੋ ਇਹ ਵੀਡੀਓ ਇਹ ਸਾਰਾ ਕੁਝ ਦੱਸੇ ਚੰ ਤਾਂ ਵੀਵਰ ਇਹ ਦੇਖੋ ਸਹੀ ਅਲੈਕੁਮ ਸਲਮ ਭਾਈ ਜਾਨ ਠੀਕ ਇਹ ਭਾਈ ਜਾਨ ਮੈਂ ਤੁਹਾਡਾ ਮੁਹੰਮਦ ਮੁਹੰਮਦ ਇਹ ਰਾਵਣ ਵਾਲੇ ਗਿਆ ਜਿਆ ਤੇ ਇਹ ਜ਼ਮੀਨ ਦੀ ਹੈ ਜਿਹੜੀ ਇਹ ਚਾ ਚੁੱਕੀ ਹੈ ਇਹ ਆਪਣੀ ਜ਼ਮੀਨ ਹੈ ਸਰ ਸਹੀ ਇਹ ਤਕਰੀਬਨ ਕਿੰਨੀ ਜ਼ਮੀਨ ਹੈ ਇਹ ਦਰਿਆ ਜੀਂ ਟਾਈਮ ਤੱਕ 6 ਵਿਗ अच्छा ये 6 বিঘہ जमीन ही टाइम तक ए देखो सी आ चुकी है तब मजीद मैं तो कोई दिखावा है कितना दूर तक ये دریا जे रहना ढाल ही खड़े ते साडे सामने ही دریا जमीन को अपने अंदर लपेटिया दे ते सूरत हाल है सि ते ए कितथे तू तकरीबन ढाल है دریا ने ए तकरीबन चंगा भले जाड़ ते 12 13 दी थी ढाल आ ए 12 13 डियां कनु ए जमीन मुसलसल जेडी है دریا دے اندر ویندی پئیے ਤਾ ਇਹ ਦੇਖੋ ਇਹ ਤਕਰੀਬਨ 3 ਵਿਘੇ ਜ਼ਮੀਨ ਹੈ ਜਿਹੜੀ ਕਿ ਹੀਟ ਮੇ 1 ਵਿਘਾ ਵੀ ਕਿਆਨੀ ਬਚੀ ਪਈ ਤਾਂ ਏਕੜ ਗਨੋਂ ਜ਼ਿਆਦਾ ਹੈ ਜਿਹੜਾ ਪੇਟਾ ਹੈ ਇਹ ਸਾਰਾ ਇਹਨਾਂ ਲੰਬਾਈ ਵਿੱਚ ਇਹ ਦਰਿਆ ਘਨ ਚੁਕੇ ਤਾਂ ਇਹ ਕਿਤਨਾ ਤਕਰੀਬਨ ਤੁਹਾਰਾ ਨੁਕਸਾਨ ਥੀ ਹੈ ਨੁਕਸਾਨ ਚੰਗਾ ਭਲਾ ਥੀ ਸਹੀ ਮੱਕਈ ਬੁੜੀ ਪਈ ਸਾਰੀ ਬੋਝ ਗਈ ਹੈ ਸਹੀ ਇਹ ਸਾਰੀ ਕਟੇ ਦਾ ਤੇ ਚੰਗੇ ਭਲੀ ਜ਼ਮੀਨ ਦਰਿਆ ਦੇ ਵਿੱਚ ਆ ਗਈ ਸਹੀ ਤੇ ਅੱਛਾ ਇਹ ਕਿਆ ਨਾ ਹੈ ਅਗਰ ਇਹ ਦਰਿਆ ਇਹ ਜਿਵੇਂ ਰੁਕਦੇ ਤਾਂ ਵਾਲੇ ਕਿਤਨੇ ਅਰਸੇ ਬਾਅਦ ਹੈ ਤੁਹਾਨੂੰ ਜ਼ਮੀਨ ਵਾਪਸੀ ਮਿਲਦੀ ਕਿਵੇਂ ਕੋ ਸੈਟ ਕਰੇ ਸੋ ਜ਼ਮੀਨ ਕੋ ਹਰਸਾ ਲੱਗ ਵੇ ਸੀ ਰੇਤ ਨਿਕਲਾ ਸੀ ਰੇਤ ਚੌਸੀ ਅੱਛਾ ਬਲ ਜ਼ਮੀਨ ਬਣਨੇ ਬੜੀ ਮੁਸ਼ਕਿਲ ਥੀ ਨਹੀਂ ਇਹ ਤਾਂ ਜਿਵੇਂ ਤੁਹਾਡੀ ਜ਼ਮੀਨ ਉੱਤੇ ਪਈ ਥੀ ਉਹ ਤਾਂ ਗਹਿਰੀ ਹੈ ਜ਼ਮੀਨ ਵਾਲੋ ਕੋ ਕਿਵੇਂ ਬਣੇ ਸੋ ਤੁਸੀਂ ਅੱਛਾ ਇਹ ਸਮਝੋ ਤੁਹਾਡੀ ਜ਼ਮੀਨ ਹੈ ਗਈ ਜੀ ਤਾਂ ਇਹ ਮਤਲਬ ਕਿ ਤਕਰੀਬਨ ਲੱਖਾਂ ਕਰੋੜਾਂ ਦਾ ਨੁਕਸਾਨ ਜਿਹੜਾ ਥੀ ਚੁਕੇ ਜੀ ਹਾਂ ਮਜ਼ੀਦ ਇਹ ਵਟ ਨਾਲ ਹਰ ਕਹਿੰਦਾ ਹੈ ਦੇਖ ਸਕਦੇ ਹੋ ਨੁਕਸਾਨ થઈ ਚੁਕੇ ਇਹ ਕਾਫੀ ਲੋਕ ਇਥਾਂ ਮੌਜੂਦ ਹਨ ਇਹ ਇਲਾਕੇ ਦੇ ਵੀ ਲੋਕ ਹਨ ਤੇ ਦੂਰ ਦਰਾਜ ਤੋਂ ਵੀ ਆਏ ਹੋਏ ਹਨ ਜਿਹੜੇ ਕਿ ਦਰਿਆ ਨੂੰ ਦੇਖਣ ਵਾਸਤੇ ਆਏ ਹਨ ਤਾਂ ਵੀਰ ਤੋਕੂ ਮਜੀਦ ਅੱਛੇ ਅੱਛੇ ਵੀਡੀਓ ਸਾਡੇ YouTube ਚੈਨਲ ਤੇ ਮਿਲਦੇ ਰਹਸਨ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲ ਤੁਮ ਅਗਲੀ ਵੀਡੀਓ ਅੱਲਾ ਹਾਫਿਜ਼